ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੇ ਬਸ਼ੀਰਪੁਰਾ ਰੇਲਵੇ ਕੁਆਟਰਾਂ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਆਟਰਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਰਾਹੁਲ ਸ਼ਰਮਾ ਵਾਸੀ ਨਿਊ ਦਸ਼ਮੇਸ਼ ਨਗਰ ਵਜੋਂ ਹੋਈ ਹੈ, ਜੋ ਕਿ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਅਨੁਸਾਰ ਉਹਨਾਂ ਦਾ ਲੜਕਾ ਪਿਛਲੇ 3 ਦਿਨਾਂ ਤੋਂ ਲਾਪਤਾ ਸੀ, ਜਿਸ ਸੰਬੰਧੀ ਉਹਨਾਂ ਨੇ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ 3 ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਕੁਆਟਰ ਵਿੱਚੋਂ ਮਿਲੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਮ੍ਰਿਤਕ ਦੇ ਦੋਸਤ ਨੇ ਉਸਦਾ ਮੋਟਰਸਾਈਕਲ ਕੁਆਟਰਾਂ ਦੇ ਨਜ਼ਦੀਕ ਖੜਾ ਦੇਖਿਆ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਵਿਪਨ ਕੁਮਾਰ ਹੈ। ਬੇਟਾ ਦਾ ਕੀ ਨਾਮ ਜੀ ਆਪਣਾ? ਰਾਹੁਲ ਕੁਮਾਰ। ਇਹ ਕਿੰਨੇ ਦਿਨਾਂ ਤੋਂ ਲਾਪਤਾ ਜੀ ਬੇਟਾ ਤੁਹਾਡਾ? ਇਹ ਸ਼ੁੱਕਰਵਾਰ ਸਵੇਰੇ 10:30 ਵਜੇ ਦਾ ਘਰੋਂ ਨਿਕਲਿਆ ਜੀ। ਹਾਂਜੀ, ਤੇ ਘਰੋਂ ਕੀ ਕਹਿ ਕੇ ਨਿਕਲਿਆ ਸੀਗਾ ਜੀ? ਬਸ ਮੈਂ ਕੰਬਲ ਵਿਹਾਰ ਤੱਕ ਚੱਲਿਆ ਜੀ, ਮੈਨੂੰ ਮੋਟਰਸਾਈਕਲ ਦਿਓ 10 ਮਿੰਟ, 30 ਰੁਪਏ ਲਏ ਆ ਮੇਰੇ ਕੋਲੋਂ ਲੈ ਕੇ ਇੱਧਰ ਨੂੰ ਆ ਗਿਆ। ਇਸ ਚੀਜ਼ ਦੀ ਜਿਹੜੇ ਗੁੰਮਸ਼ੁਦਾ ਰਹੇ, ਇਹਨਾਂ ਦੀ ਕੋਈ ਕੰਪਲੇਂਟ ਨਹੀਂ ਕਰਾਈ ਪੁਲਿਸ? ਨਹੀਂ, ਆਪਾਂ ਹੁਣ ਦੇਖੋ ਜੀ, ਇਹਦੀ ਕੰਪਲੇਂਟ ਕਰਾਈ ਹੈ ਸ਼ੁੱਕਰਵਾਰ ਰਾਤ ਨੂੰ, ਜੋ ਸਾਰੇ ਪਾਸੇ ਅਸੀਂ ਆਪਣੀ ਪੂਰੀ ਕਾਰਵਾਈ ਕਰਕੇ, ਕਾਰਵਾਈ ਮੀਨਸ ਤੁਸੀਂ ਸਾਰੇ ਪਾਸੇ ਤੇ ਦੇਖਣਾ ਜੀ, ਰੇਲਵੇ ਦਾ ਕੁਆਟਰ ਸਾਰੇ ਦੇਖ ਲਏ, ਟੁੱਟੇ ਭੱਜੇ ਸ਼ਮਸ਼ਾਨ ਘਾਟ ਦੇਖ ਲਿਆ, ਪੀਰਾਂ ਦੀਆਂ ਜਗ੍ਹਾ ਦੇਖ ਲਈਆਂ। ਕੋਈ ਦੀ ਕੋਈ ਰੰਜਿਸ਼ ਤਾਂ ਨਹੀਂ ਸੀ ਕਿਸੇ ਨਾਲ? ਕਿਸੇ ਨਾਲ ਕੋਈ ਰੰਜਿਸ਼ ਨਹੀਂ ਜੀ ਇਹਦੀ। ਕੰਮ ਕੀ ਕਰਦੇ ਭਾਜੀ? ਕੰਮ ਹੈ ਵੀਰ ਜੀ, ਸਕਿਉਰਿਟੀ ਗਾਰਡ ਦਾ, ਵੀ ਨਾ ਮੇਰੇ ਨਾਲ ਕੰਮ ਪਾਉਂਦਾ ਸੀ, ਪਲੱਸ ਆਪਣਾ ਹੋਰ ਵੀ ਡਿਊਟੀਆਂ ਕਰਦੇ ਸੀ ਨਾਲ। ਇੱਕ ਲੜਕਾ ਹੈ ਜੀ, ਆਪਣੇ ਲੱਡਵਾਲੀ ਰੋਡ ਦਾ ਰਹਿਣ ਵਾਲਾ ਸੀਗਾ ਜੀ, 27 ਤਰੀਕ ਦਾ ਆਪਣੇ ਘਰੋਂ ਨਿਕਲਿਆ ਸੀਗਾ, ਅਤੇ ਜੋ ਅੱਜ ਜੀ ਇੱਥੇ ਬਸ਼ੀਰਪੁਰ ਰੇਲਵੇ ਕੁਆਟਰ ਨੇ ਜੀ, ਪੁਰਾਣੇ ਜਿਹੜੇ ਕੰਡਮ ਸੀਗੇ ਉੱਥੇ ਇਹਨਾਂ ਦੀ ਡੈੱਡ ਬੋਡੀ ਮਿਲੀ ਸੀਗੀ। ਫਿਲਹਾਲ ਉਹਦੇ ਉੱਤੇ ਕੋਈ ਸੱਟ ਦਾ ਨਿਸ਼ਾਨ ਤਾਂ ਨਹੀਂ ਹੈਗਾ, ਜਿਹੜੀ ਆਪਾਂ ਬੋਡੀ ਨੂੰ ਕਬਜ਼ੇ ਲੈ ਕੇ ਆਪਾਂ ਸਿਵਲ ਹੋਸਪਿਟਲ ਦਾਖਲ ਕਰਾ ਰਹੇ ਹਾਂ ਜੀ, ਅਤੇ ਉਹਨਾਂ ਦੇ ਫੈਮਿਲੀ ਮੈਂਬਰ ਦੇ ਆਪਾਂ ਬਿਆਨ ਵਗੈਰਾ ਦੇਖਾਂਗੇ, ਜੋ ਵੀ ਬਣਦੀ ਕਾਨੂੰਨੀ ਕਰ ਰਹੀ ਆਪਾਂ ਕਰਾਂਗੇ। ਹਾਂਜੀ ਹਾਂਜੀ, ਆਪਣੇ ਬਾਰਾਦਰੀ ਥਾਣੇ ਨਾਲ ਪੇਰੈਂਟਸ ਆਏ ਸੀਗੇ ਅਤੇ ਮੋਬਾਈਲ ਦੀ ਲੋਕੇਸ਼ਨ ਵਗੈਰਾ ਵੀ ਚੈੱਕ ਕਰਾਈ ਸੀਗੀ, ਉਹ ਤੋਂ ਬਾਅਦ ਹੀ ਇੱਥੇ ਸਰਚ ਕਰ ਰਹੇ ਸੀਗੇ, ਜਿਸ ਤੋਂ ਬਾਅਦ ਹੀ ਇੱਥੇ ਬੋਡੀ ਮਿਲੀ। ਇਹ ਮੋਬਾਈਲ ਸਰ ਦਾ ਬਰਾਮਦ ਹੋ ਗਿਆ ਜੀ? ਬਰਾਮਦ ਹੋ ਗਿਆ ਜੀ, ਮੋਬਾਈਲ ਉਹਦੇ ਜੇਬ 'ਚ ਸੀਗਾ ਜੀ, ਅਤੇ ਮੋਟਰਸਾਈਕਲ ਵੀ ਇੱਥੋਂ ਨੇੜੇ ਖੜਾ ਮਿਲਿਆ, ਬਾਕੀ ਹੁਣ ਸਾਰਾ ਵੈਰੀਫਾਈ ਕਰਾਂਗੇ ਜੀ। ਬਿਲਕੁਲ ਜੀ, ਪੋਸਟਮਾਰਟਮ ਰਿਪੋਰਟ ਹੋਏਗੀ ਜੀ ਕੀ ਕਾਰਨ ਆ ਉਹ ਤੋਂ ਬਾਅਦ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।